ਅਖਲਵਾ ਦਾ ਕਾਟਾ ਤੋਂ ਕੁਝ ਮਾਫ਼ ਕਰਨੀ, ਬਾਣੀ ਸੱਚ ਖੰਡ ਵਿਖੇ ਪ੍ਰਵਾਨ ਕਰਨੀ, ਬਾਣੀ ਦਾ ਕੁਝ ਭਾਵ ਵਿਛੜੀ ਆਤਮਾ ਨੂੰ ਫਲਦਾਇਕ ਕਰਾਉਣਾ, ਕਹਿ ਤਕਬੀਰ ਸੁਣੋ ਰੇ ਸੰਤੋ, ਖੇਤ ਹੀ ਕਰੋ ਨਵੇਰਾ, ਅੱਗੀ ਵਾਰ ਬਖਸ਼ਮਨ ਦੇ ਕੋ ਬਹੁਰ ਨ ਭੌਜਲ ਫੇਰਾ, ਦਿਓ ਸਜਨ ਸਿਸੜੀਆਂ ਜੋ ਹੋਵੇ ਸਹਿ ਸਿਓ ਮੇਰ। ਸਰਦਾਰ ਸੁਰਿੰਦਰ ਸਿੰਘ ਨੂੰ ਆਪਦੇ ਚਰਨਾਂ ਨਵਾਸਾ ਬਖਸ਼ਿਸ਼ ਕਰਨਾ, ਪਿੱਛੇ ਪਰਿਵਾਰ ਨੂੰ ਤੇਰਾ ਕੀ ਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ, ਭਾਣਾ ਮਨ ਦੀ ਤਾਕ ਬਖਸ਼ਿਸ਼ ਕਰਨੀ, ਜੋ ਮਾਈ ਭਾਈ ਸਾਧ ਸੰਗਤ ਦੋ ਨੇੜੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਣ, ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੁਰੇ ਸੁਨਿਹਾਲ ਸਤਿ ਅਕਾਲ, ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਪੰਜਵਾਂ, ਘਰ ਬਾਰਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ, ਬੰਦਨਾ ਹਰ ਬੰਦਨਾ, ਗੁਣ ਗਾਓ ਗੋਪਾਲ ਰਾਏ ਰਹਾਓ, ਬੰਦਨਾ ਹਰ ਬੰਦਨਾ, ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ ਬਧਾਈ, ਨਾਨਕ ਉਦਰੇ ਪ੍ਰਭ ਸਰਨਾਏ, ਤ੍ਰਿਸ਼ਨਾ ਅਗਨ ਪ੍ਰਭ ਆਪ ਬਧਾਈ, ਨਾਨਕ ਉਦਰੇ ਪ੍ਰਭ ਸਰਨਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਜੀ ਸੁਰਿੰਦਰ ਸਿੰਘ, ਉਹਨਾਂ ਲਈ ਉਹਨਾਂ ਦੀ ਅੰਤਮ ਅਰਦਾਸ ਕਰਕੇ ਪਿਆਰ ਸਤਿਕਾਰ ਤੇ ਯੋਗਨੀਆਂ ਲੈ ਕੇ ਜੁੜੀ ਗੁਰੂ ਰੂਪ ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰਿਆਂ ਨੇ ਸੰਗਤ ਰੂਪ ਵਿੱਚ ਪਿਛਲੀ ਰੂਹ ਲਈ ਰਲ ਕੇ ਅਰਦਾਸ ਕੀਤੀ ਹੈ। ਉਸ ਤੋਂ ਪਹਿਲਾਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਖਜੂਰੀ ਰਾਗੀ ਜਥੇ ਪਾਸੋਂ ਭਾਈ ਅਜੀਤਪਾਲ ਸਿੰਘ ਜੀ ਪਾਸੋਂ ਸ਼ਬਦ ਕੀਰਤਨ ਸਰਵਣ ਕੀਤਾ ਹੈ। ਮੈਨੂੰ ਆਗਿਆ ਹੋਈ ਸਾਰੀ ਸੰਗਤ ਦਾ ਧੰਨਵਾਦ ਕਰਾਂ ਪਰਿਵਾਰ ਵੱਲੋਂ। ਜਦ ਤੋਂ ਅਸੀਂ ਇਸ ਸ਼ਬਦ ਕੀਰਤਨ ਦੇ ਪ੍ਰੋਗਰਾਮ ਵਿੱਚ ਜੁੜੇ ਹਾਂ, ਤਦ ਤੋਂ ਹੀ ਬਚਪਨ ਤੋਂ ਲੈ ਕੇ ਅੱਜ ਤੱਕ ਦੀਆਂ ਅਨੇਕਾਂ ਬੇਸ਼ੁਮਾਰ ਯਾਦਾਂ ਇੱਕ ਇੱਕ ਕਰਕੇ ਗੁਰਦੁਆਰਾ ਸਾਹਿਬ ਦੀ ਇਮਾਰਤ ਲਈ ਇੰਨਾ ਭੇਜਿਆ ਵੱਲੋਂ ਚਾਚੀ ਜੀ ਵੱਲੋਂ ਇਹ ਸੇਵਾ ਕਰਾਈ ਗਈ ਹੈ, ਸਾਰੇ ਨਗਰ ਵੱਲੋਂ ਪਰਿਵਾਰ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅਚਲ ਲਖੀ ਹੋ ਨਾ ਜਾਈ।
Thank you.
ਪਿਆਸਾ ਇਸ ਭਾਂਡੇ ਕਾ ਮਿਟਣਾ ਕਲਾ ਪ੍ਰਮਾਣ ਹੈ ਕਿਆ ਜਾਣਾ ਕਿ ਮਰੇਂਗੇ ਕੈਸਾ ਮਰਨਾ ਹੋਏ। ਸਾਇੰਸ ਦਾ ਯੁੱਗ ਹੈ, ਬਹੁਤ ਸਾਰੇ ਖੇਤਰਾਂ ਚ ਤਰੱਕੀ ਕੀਤੀ ਹੈ, ਲੇਕਿਨ ਜਦੋਂ ਇਹ ਸਮਾਂ ਆ ਜਾਂਦਾ ਹੈ ਤਾਂ ਦੁਨੀਆਂ ਭਰ ਦੀ ਤਾਕਤ ਇਸ ਸਮੇਂ ਨੂੰ ਟਾਲ ਨਹੀਂ ਸਕਦੀ, ਰੋਕ ਨਹੀਂ ਸਕਦੀ। ਜਦੋਂ ਦਰਗਾਹੀ ਹੁਕਮ ਆ ਜਾਂਦਾ ਹੈ ਫਿਰ ਕੋਈ ਦਲੀਲ ਕੋਈ ਅਪੀਲ ਨਹੀਂ। ਆਪਾਂ ਬਾਜ਼ਾਰ ਚੋਂ ਕੋਈ ਚੀਜ਼ ਖਰੀਦਦੇ ਹਾਂ, ਕੁਝ ਨਾ ਕੁਝ ਸਮਾਂ ਜ਼ਰੂਰ ਗਰੰਟੀ ਹੋਇਆ ਕਰਦੀ ਹੈ, ਲੇਕਿਨ ਇਨਸਾਨ ਇੱਕ ਐਸਾ ਹੈ ਜਿਸ ਦੀ ਕੀਮਤ ਵੀ ਕੋਈ ਨਹੀਂ ਹੈ ਔਰ ਗਰੰਟੀ ਵੀ ਕੋਈ ਨਹੀਂ ਹੈ। ਅੰਦਰ ਸਾਹ ਗਿਆ ਹੋਇਆ ਵਾਪਸ ਆਉਣਾ ਜਾਂ ਨਹੀਂ ਆਉਣਾ ਇਤਨੀ ਕੀ ਗਰੰਟੀ ਹੈ। ਤਾਂ ਅੱਜ ਆਪਾਂ ਸਰਦਾਰ ਸੰਤ ਸਿੰਘ ਜੀ ਨੂੰ ਅਰਦਾਸ ਕਰਨ ਵਾਸਤੇ ਇਕੱਤਰ ਹੋਏ ਹਾਂ। ਇਹ ਜਾਣਿਆ ਪਹਿਚਾਣਿਆ ਪਰਿਵਾਰ ਹੈ, ਜਾਣਿਆ ਪਹਿਚਾਣਿਆ ਵੀ ਸਨ, ਪੜ੍ਹੇ ਲਿਖੇ ਸਨ, ਆਪਣੇ ਬੱਚੇ ਬਹੁਤ ਕਾਮਯਾਬ ਕੀਤੇ। ਇਹ ਜ਼ਿੰਦਗੀ ਦਾ ਸਭ ਤੋਂ ਵੱਡਾ ਇਤਿਹਾਸ ਕਬੂਲ ਹੁੰਦੇ ਹੈ। ਤੁਰਕੇ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ, ਸੰਗਤ ਵਿੱਚ ਤਕਰੂ ਬਰਦਾਸ਼ਤ ਕਰਨ ਦਾ ਉਸ ਕਾਰਕ ਦਾ ਹੁਕਮ ਹੈ। ਕਬੀਰ ਜੀ ਭੈਣ ਜੀ ਤੁਹਾਡਾ ਮੈਨੂੰ ਇੱਕ ਵਿਸ਼ਵਾਸ ਸਿੰਘ ਜੀ ਤੁਹਾਨੂੰ ਮਿਲਣਾ ਬੜਾ ਔਖਾ ਹੈ, ਬੜਾ ਕਠਿਨ ਮੈਨੂੰ ਦੀ ਸਮਰਥਾ ਸਾਡੇ ਸੰਸਾਰੀ ਜੀਵਾਂ ਕੋਲ ਦਾ
ਕੁਝ ਦਿਹਾੜੇ ਪਹਿਲਾਂ ਜੋ ਸਵਾਸਾਂ ਰੂਪੀ ਕੁੰਡੀ ਲੈ ਕਰਕੇ ਮਹਾਂਪੁਰਖ ਦੀ ਯਾਤਰਾ ਲਈ ਆਏ ਸੀ, ਸੰਸਾਰ ਤੋਂ ਪਿਆਰਨਾ ਕਰ ਗਏ ਨੇ। ਉਹਨਾਂ ਦੇ ਸਾਰੇ ਪਰਿਵਾਰ ਨੇ ਮਿਲ ਕੇ ਦੱਬੀ ਬਾਣੀ ਦੇ ਸਹਿਜ ਪਾਠ ਉਹਨਾਂ ਦੀ ਆਤਮ ਸ਼ਾਂਤੀ ਲਈ ਪ੍ਰਾਰੰਭ ਕਰਵਾਏ ਸਨ। ਸਵੇਰੇ ਆਪ ਦੇ ਗ੍ਰਹਿ ਵਿਖੇ ਸਹਿਜ ਪਾਠ ਦੀ ਸਮਾਪਤੀ ਹੋਈ ਹੈ। ਹੁਣ ਹਰ ਦਸ ਕੀਰਤਨ ਹੋਏ ਨੇ, ਛੇ ਪੌੜੀਆਂ ਨੰਦ ਸਾਹਿਬ ਜੀ ਕੀ ਪਾਠ ਦੀ ਕੀ ਅਰਦਾਸ, ਅੱਖਰਵਾ ਦਾ ਕਾਟਾ ਤੁਕੁਲ ਚ ਮਾਫ ਕਰਨੀ, ਬਾਣੀ ਸੱਚ ਖੰਡ ਵਿਖੇ ਪ੍ਰਵਾਨ ਕਰਨੀ, ਬਾਣੀ ਦਾ ਉੱਚ ਭਾਵ ਵਿਛੜੀ ਆਤਮਾ ਨੂੰ ਫਲਦਾਇ ਕਰਾਉਣਾ, ਕਹਿ ਕਬੀਰ ਸਮੋਰੇ ਸੰਤੋ ਖੇਤ ਹੀ ਕਰੋ ਨਵੇਰਾ, ਅਗਲੀ ਵਾਰ ਬਖਸ਼ਮਨ ਦੇਖੋ ਬਹੁਰ ਨ ਭੋਜਨ ਫੇਰਾ, ਦਿਓ ਸਜਨ ਸਿਸੜੀਆਂ ਜੋ ਹੋਵੇ ਸਹਿ ਸਿਓ ਮੇਰ। ਸਰਦਾਰ ਸੁਰਿੰਦਰ ਸਿੰਘ ਨੂੰ ਆਪਦੇ ਚਰਨਾ ਨਵਾਸਾ ਬਖਸ਼ਿਸ਼ ਕਰਨਾ, ਪਿੱਛੇ ਪਰਿਵਾਰ ਨੂੰ ਤੇਰਾ ਕੀ ਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ ਭਾਣਾ ਮਨ ਦੀ ਤਾਕਤ ਬਖਸ਼ਿਸ਼ ਕਰਨੀ, ਜੋ ਮਾਈ ਭਾਈ ਸਾਧ ਸੰਗਤ ਦੋ ਨੇੜਿਓਂ ਚੱਲ ਕਰਕੇ ਸਤਿਗੁਰ ਜੀ ਆਪ ਦੇ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਹਨ, ਸਭ ਦੀਆਂ ਹਾਜ਼ਰੀਆਂ ਸਤਿਖੰਡ ਵਿਖੇ ਪ੍ਰਵਾਨ ਕਰਨੀਆਂ, ਪਿਟਾਵਾਂ ਖਜ਼ਾਨੇ ਦਾਖਲ ਕਰਨੀਆਂ, ਪਰਿਵਾਰ ਵੱਲੋਂ ਕੜਾ ਪ੍ਰਸ਼ਾਦੀ ਦੇਖ ਸਜਾ ਕਰਕੇ ਹਾਜ਼ਰ ਕੀਤੀ ਹੈ। ਆਪ ਜੀ ਦੇ ਦਰ ਪ੍ਰਵਾਨ ਹੋਏ, ਆਪ ਜੀ ਦੀ ਰਸਮੀ ਲਈ ਪ੍ਰਸਾਦ ਸਾਧ ਸੰਗਤਾਨ ਦੀ ਆਗਿਆ ਹੋਵੇ, ਜੋ ਜੀ ਛਕੇ ਸੋ ਆਪ ਜੀ ਦਾ ਨਾਮ ਜਪੇ, ਰੱਬੀ ਅਲਾਹੀ ਹੁਕਮਨਾਮੇ ਬਖਸ਼ ਕੇ ਆਪ ਦੇ ਸੇਵਕਾਂ ਨੂੰ ਕਰਤਾਰਥ ਕਰੋ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋ, ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾਇਆ ਗਿਆ ਭਈ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਪੁਰਾਣ ਕੀ ਜੈ, ਜੋ ਪ੍ਰਭ ਕੋ ਮਿਲ ਬੋਝਾ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ, ਖੁਆਰ ਹੋਏ ਸਭ ਮਿਲੇਂਗੇ, ਬਚੇ ਸ਼ਰਨ ਜੋ ਹੋਏ। ਬੋਲੇ ਸੁਨਿਹਾਲ ਸਤਿ ਅਕਾਲ, ਵਾਹਿਗੁਰੂ ਜੀ ਕਾ ਖਾਲਸਾ। ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਪੰਜਵਾਂ, ਘਰ ਬਾਰਾਂ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਵੰਦਨਾ ਹਰ ਵੰਦਨਾ, ਗੁਣ ਗਾਓ ਗੋਪਾਲ ਰਾਏ ਰਹਾਓ, ਵੰਦਨਾ ਹਰ ਵੰਦਨਾ, ਗੁਣ ਗਾਓ ਗੋਪਾਲ ਰਾਏ ਰਹਾਓ। ਵੱਡ ਭਾਗ ਭੇਟੇ ਗੁਰਦੇਵਾ, ਕੋਟ ਪਰਾਤ ਮਿਟੈ ਹਰ ਸੇਵਾ, ਚਰਨ ਕਮਲ ਜਾ ਕਾ ਮਨ ਰਾਪੈ, ਸੋਗ ਅਗਨ ਤਿਸ ਜਨ ਨਾ ਵਿਆਪੈ, ਸਾਗਰ ਤਰਿਆ ਸਾਧੂ ਸੰਗੇ, ਨਿਰਭਉ ਨਾਮ ਜਪੋ ਹਰ ਰੰਗੇ, ਪਰਤਨ ਦੁਖ ਕਿਸ ਪਾਪ ਨ ਫੇੜੇ, ਜਮ ਜੰਧਾਰ ਨ ਆਵੈ ਨੇੜੇ, ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਦਰੇ ਪ੍ਰਭ ਸਰਨਾਏ, ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਦਰੇ ਪ੍ਰਭ ਸਰਨਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਜੀ ਸੁਰਿੰਦਰ ਸਿੰਘ, ਉਹਨਾਂ ਲਈ ਉਹਨਾਂ ਦੀ ਅੰਤਮ ਅਰਦਾਸ ਪਾ ਕੇ ਪਿਆਰ ਸਤਿਕਾਰ ਤੇ ਜੋ ਗੱਡੀਆਂ ਲੈ ਕੇ ਜੁੜੀ ਗੁਰੂ ਸਾਹਿਬ ਸੰਗਤ
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰਿਆਂ ਨੇ ਸੰਗਤ ਰੂਪ ਵਿਚ ਪਿਛਲੀ ਰੂਹ ਲਈ ਰੱਬ ਕੇ ਅਰਦਾਸ ਕੀਤੀ ਹੈ। ਉਸ ਤੋਂ ਪਹਿਲਾਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਖਜੂਰੀ ਰਾਗੀ ਜਥੇ ਪਾਸੋਂ ਭਾਈ ਅਜੀਤ ਪਾਲ ਸਿੰਘ ਜੀ ਪਾਸੋਂ ਸ਼ਬਦ ਕੀਰਤਨ ਸਰਵਣ ਕੀਤਾ ਹੈ। ਮੈਨੂੰ ਆਗਿਆ ਹੋਈ ਸਾਰੀ ਸੰਗਤ ਦਾ ਧੰਨਵਾਦ ਕਰਾਂ ਪਰਿਵਾਰ ਵੱਲੋਂ। ਜਦ ਤੋਂ ਅਸੀਂ ਇਸ ਸ਼ਬਦ ਕੀਰਤਨ ਦੇ ਪ੍ਰੋਗਰਾਮ ਵਿਚ ਜੁੜੇ ਹਾਂ, ਤਦ ਤੋਂ ਹੀ ਬਚਪਨ ਤੋਂ ਲੈ ਕੇ ਅੱਜ ਤੱਕ ਦੀਆਂ ਅਨੇਕਾਂ ਬੇਸ਼ੁਮਾਰ ਯਾਦਾਂ ਇੱਕ ਇੱਕ ਕਰਕੇ ਮੇਰੀਆਂ ਨਜ਼ਰਾਂ ਦੇ ਸਾਹਮਣੇ ਉਹ ਇੱਕ ਫਿਲਮ ਦੀ ਤਰ੍ਹਾਂ ਗੁਜ਼ਰ ਰਹੀਆਂ ਸਨ। ਉਮਰ ਵਿੱਚ ਮੇਰੇ ਦੋ ਸਾਲ ਵੱਡੇ ਸਨ, ਲੇਕਿਨ ਬਚਪਨ ਲਗਭਗ ਅਸੀਂ ਇਕੱਠਿਆਂ ਸ਼ੁਰੂ ਕੀਤਾ। ਸਾਰੀਆਂ ਖੇਡਾਂ ਇਕੱਠਿਆਂ ਖੇਡੀਆਂ, ਬਚਪਨ ਵਾਲੀਆਂ ਖੇਡਾਂ ਤੋਂ ਲੈ ਕੇ ਜਵਾਨੀ ਦੀਆਂ ਖੇਡਾਂ ਤੱਕ, ਚਾਹੇ ਬੰਟੇ ਖੇਡਣਾ, ਚਾਹੇ ਖਿੱਦੋ ਖੂੰਡੀ ਖੇਡਣਾ, ਚਾਹੇ ਇਸ ਪੇਪਰ ਤੇ ਭੀਤ ਲਾਂਘਣਾ, ਜਾਂ ਫਿਰ ਇਸ ਵੱਡੇ ਚੱਪੜ ਵਿਚ ਨਹਾਉਣਾ, ਜਾਂ ਪਸ਼ੂ ਚਾਰਨ ਚਰਾਂਦਾ ਵਾ ਛੁੱਟੀਆਂ ਵਾਲੇ ਦਿਨ ਜਾਣਾ, ਤੇ ਸਕੂਲ ਵਿਚ ਵੀ ਛੇਵੀਂ ਤੋਂ ਦਸਵੀਂ ਤੱਕ ਅਸੀਂ ਇੱਕੋ ਸਕੂਲ ਵਿਚ ਇੱਕੋ ਹੀ ਕਲਾਸ ਦੇ ਸਹਿਪਾਠੀ ਸਾਂ, ਤੇ ਸਵੇਰੇ ਲਗਭਗ 6:30 ਵਜੇ ਚੋਲੇ ਗਣਾਂ ਚ ਪਾ ਕੇ ਰੇਤ ਦੀ ਲਾਈਨ ਲੈਣ ਟੁਰੇ ਜਾਣਾ, ਗੱਪਾਂ ਮਾਰਦੀਆਂ ਸਕੂਲ ਤੱਕ ਪਹੁੰਚਣਾ, ਕਾਲਾਂ ਨੂੰ ਫੇਰ ਵਾਪਸ ਪਰਤਣਾ। ਇਹਨਾਂ ਲੰਬਾ ਸਫ਼ਰ ਜ਼ਿੰਦਗੀ ਦਾ ਇਕੱਠੇ ਗੁਜ਼ਾਰਿਆ। ਮੈਂ ਹੁਣੇ ਬੈਠਾ ਦੇਖ ਰਿਹਾ ਸੀ ਕਿ ਸਾਡੇ ਉਸ ਵੇਲੇ ਦੇ ਜਮਾਤੀ ਜਿਹੜੇ ਅਸੀਂ ਇੱਕੋ ਕਲਾਸ ਚ ਇਸ ਪਿੰਡ ਚੋਂ ਪੜ੍ਹਦੇ ਸਾਂ, ਤਿੰਨ ਚਾਰ ਤਾਂ ਅਸੀਂ ਇੱਥੇ ਹੀ ਬੈਠੇ ਹਾਂ। ਸਰਿੰਦਰ ਸਿੰਘ ਹੋਰੀ ਵੀ ਉਸੇ ਜਮਾਤ ਸਨ, ਸਰ ਬਲਜੀਤ ਸਿੰਘ ਹੋਣੀ ਵੀ ਉਸੇ ਜਮਾਤ ਸਨ, ਸਰ ਦਰਸ਼ਨ ਸਿੰਘ ਵਿਦੇਸ਼ ਜਾਣ ਉਹ ਵੀ ਸਾਡੇ ਜਮਾਤੀ ਸਨ, ਕਰਨੈਲ ਸਿੰਘ ਵੀ ਸਾਡਾ ਜਮਾਤੀ ਸੀ, ਫਕੀਰ ਸਿੰਘ, ਪੰਜ ਛੇ ਜਾਣੇ ਅਸੀਂ ਕੋਈ ਜਮਾਤ ਵਿਚ ਸਾਂ, ਤੇ ਇਕੱਠੀ ਟੋਲੀ ਨੇ ਸਕੂਲ ਜਾਣਾ ਤੇ ਇਕੱਠਿਆਂ ਵਾਪਸ ਆਉਣਾ। ਇਹਨਾਂ ਸ਼ਬਦਾਂ ਨਾਲ ਜਿੱਥੇ ਉਹਨਾਂ ਨੂੰ ਯਾਦ ਕਰਦੇ ਹਾਂ, ਗੁਰਦੁਆਰਾ ਸਾਹਿਬ ਦੀ ਇਮਾਰਤ ਲਈ ਇਹਨਾਂ ਬੇਟਿਆਂ ਵੱਲੋਂ ਚਾਚੀ ਜੀ ਵੱਲੋਂ ਇਹ ਸੇਵਾ ਕਰਾਈ ਗਈ ਹੈ, ਸਾਰੇ ਡੱਗਰ ਵੱਲੋਂ ਪਰਿਵਾਰ ਦਾ ਧੰਨਵਾਦ। ਆਪ ਸਭ ਨੂੰ ਬੇਨਤੀ ਹੈ ਜਿਨ੍ਹਾਂ ਨੇ ਲੰਗਰ ਨਹੀਂ ਛਕਿਆ, ਲੰਗਰ ਛਕ ਕੇ ਜਾਣਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ।